ਕਿਉਂਕਿ ਵੋਟਾਂ ਆਪਾਂ ਹੁਣ ਜ਼ਿਮਨੀ ਚੋਣਾਂ ਦਾ ਅਤੇ ਆਪਾਂ ਨੂੰ ਪਤਾ ਲੱਗ ਜਾਣਾ ਕੱਲ੍ਹ ਤੋਂ ਕੀ ਬਣਦਾ। ਆਪਾਂ ਅਜੇ ਪੰਚਾਇਤੀ ਵੋਟਾਂ ਦੀ ਵੀ ਥੋੜ੍ਹੀ ਜਿਹੀ ਗੱਲ ਕਰ ਲਈ, ਅਜੇ ਤੱਕ ਉਹ ਵੀ ਭੰਬਲ ਭੂਸੇ 'ਚ ਪਿਆ ਹੋਇਆ, ਜਿਹਦੇ ਵਿੱਚ ਸੁਪਰੀਮ ਕੋਰਟ ਖੁਦ ਹੈਰਾਨ ਹੈ ਭਾਈ। ਇੱਕ ਪਾਸੇ ਤਾਂ ਕਹਿੰਦੇ ਇੰਨੇ ਬੰਦਿਆਂ ਦੇ ਕਾਗਜ਼ ਰੱਦ ਹੋ ਗਏ, ਕੁਛ ਲੋਕ ਅਸੰਤੁਸ਼ਟ ਹੈ, ਉਹ ਪੂਰੀ ਤਰ੍ਹਾਂ ਉਹਨਾਂ ਨੂੰ ਸੰਤੁਸ਼ਟੀ ਨਹੀਂ ਹੋਈ ਵੀ ਅਸੀਂ ਇਹਦੇ 'ਚ ਬਾਹਰ ਕਿਵੇਂ ਹੋ ਗਏ, ਅਤੇ ਇੱਕ ਪਾਸੇ ਉਹ ਕਹਿੰਦੇ ਵੀ 3,000 ਬੰਦਾ ਤੁਸੀਂ ਐਂ ਹੀ ਸਹਿਮਤੀ ਨਾਲ ਹੀ ਚੁਣਤਾ। ਪਰ ਹੁਣ ਉਹ ਕਹਿੰਦੇ ਕਿ ਜਿਨ੍ਹਾਂ ਨੂੰ ਕੋਈ ਸ਼ੱਕ ਹੈ, ਕੋਈ ਕਿਸੇ ਤਰ੍ਹਾਂ ਦਾ ਗਿਲਾ ਹੈ ਭਾਈ, ਉਹ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਲਾ ਸਕਦੇ ਆ। ਦੇਖੋ ਸਾਹਿਬ, ਗੱਲ ਸਾਫ਼ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਉਹਦੇ 'ਚ ਸਭ ਕੁਛ ਹੋਇਆ। ਅਸੀਂ ਲਗਾਤਾਰ ਉਹਦੇ 'ਤੇ ਕੋਈ 10-15 ਦਿਨ ਗੱਲਬਾਤ ਕੀਤੀ ਆ। ਜੋ 70 ਸਾਲਾਂ ਦੇ ਵਿੱਚ ਇਸ ਪੰਜਾਬ ਨੇ ਨਾ ਵੇਖਿਆ ਉਹ ਇਹਨਾਂ ਨੇ 7 ਦਿਨਾਂ 'ਚ ਦਿਖਾਇਆ। ਕਮਾਲ ਦੀ ਗੱਲ ਆ ਕਿ ਗੁੰਡਿਆਂ ਨੂੰ ਦਿਹਾੜੀ 'ਤੇ ਲਿਆਂਦਾ ਗਿਆ, ਟੋਲੀਆਂ ਬਣਾਈਆਂ ਗਈਆਂ, ਉਹਨਾਂ ਨੂੰ 50-50 ਹਜ਼ਾਰ ਰੁਪਈਆ ਦਿੱਤਾ ਗਿਆ ਕਿ ਰਾਹ 'ਚ ਤੁਸੀਂ ਕਾਗਜ਼ ਫੜ ਕੇ ਪਾ ਰਹੇ ਆ, ਕਿਸੇ ਦੇ ਨਹਿਰ 'ਚ ਸੁੱਟੇ ਗਏ, ਕਿਸੇ ਦੇ ਸੂਏ 'ਚ ਸੁੱਟੇ ਗਏ। ਬਹੁਤ ਕੁਛ ਦੇਖਿਆ, ਸਿਆਹੀਆਂ ਢੋਲਤੀਆਂ, ਤੇਜ਼ਾਬ ਢੋਲ 'ਤੇ ਕੀ ਕੁਛ ਹੋਇਆ, ਬੜਾ ਕੁਛ। ਮਤਲਬ ਕਿ ਸਭ ਕੁਛ ਜਿਹੜਾ ਹੈ ਨਾ ਉਹ ਅਸੀਂ ਦੇਖਿਆ, ਇਹਨਾਂ ਨੇ ਇੰਤਹਾ ਕਰ ਦਿੱਤੀ ਜੀ। ਇੱਕ ਹੁੰਦਾ ਨਾ ਕਿ ਕੋਈ ਕਰਦਾ ਤਾਂ ਦੂਜਾ ਉੱਠ ਕੇ ਫਿਰ ਉਹ ਤੋਂ ਵੀ ਹੱਦ ਕਰਦਾ, ਇਹਨਾਂ ਨੇ ਹੱਦ ਕੀਤੀ, ਹੱਦ ਕੀਤੀ ਜੀ। ਹਾਲਾਂਕਿ ਕੁਛ ਪਿੰਡਾਂ 'ਚ ਜੈਨੀਓਨ ਸਰਵਸੰਮਤੀਆਂ ਹੋਈਆਂ ਜੀ ਜੀ, ਉਹ ਸਵਾਗਤਯੋਗ ਨੇ। ਮੇਰੇ ਨਾਲ ਪਿੰਡ ਆ ਉੱਥੇ, ਮਤਲਬ ਕਿ ਕਦੇ ਆਸਾਰ ਹੀ ਨਹੀਂ ਸੀਗੇ, ਆਸਾਰ ਹੀ ਨਹੀਂ ਸੀਗੇ। ਉੱਥੇ ਇੱਕ ਨੌਜਵਾਨ ਨੂੰ ਸਰਵਸੰਮਤੀ ਨਾਲ ਸਰਪੰਚ ਬਣਾਇਆ ਗਿਆ ਜੀ ਜੀ, ਅਤੇ ਪੰਚਾਇਤ ਮੈਂਬਰਾਂ ਵਾਸਤੇ ਅੜਫਸ ਹੋ ਗਏ, ਉਹ ਕੁਛ ਵਾਰਡਾਂ ਦੇ ਵਿੱਚ ਇਲੈਕਸ਼ਨ ਹੋਇਆ। ਹੁਣ ਇੱਥੇ ਇੱਥੇ ਮੈਂ ਨਹੀਂ ਕਹਿ ਸਕਦਾ ਕਿ ਇੱਥੇ ਆਮ ਆਦਮੀ ਪਾਰਟੀ ਵਾਲਿਆਂ ਧੱਕਾ ਕੀਤਾ ਜਾਂ ਨਹੀਂ, ਇੱਥੇ ਜੈਨੂਇਨ ਹੋਈ, ਜਿੱਥੇ ਜੈਨੂਇਨ ਹੋਈ ਉੱਥੇ ਹੋਈ ਆ। ਪਰ ਕੁਛ ਥਾਵਾਂ 'ਤੇ ਇਹਨਾਂ ਨੇ ਵਿਰੋਧੀ ਰਹਿਣ ਹੀ ਨਹੀਂ ਦਿੱਤਾ, ਕੁਛ ਥਾਵਾਂ 'ਤੇ ਕਹਿ ਲਓ ਕਿ ਡਰਾਇਆ ਗਿਆ ਜੀ। ਉਹ ਚਾਹੇ ਕਾਲਾਂ ਕਰਵਾਈਆਂ, ਤੁਸੀਂ ਕੱਲ੍ਹ ਲਾਲੂ ਘੁੰਮਣ ਵਾਲੀ ਗੱਲ ਕੀਤੀ ਸੀ, ਬਿਲਕੁਲ ਉਹਦੇ ਵਿੱਚ ਲਿੰਕ ਜੁੜ ਰਹੇ ਨੇ। ਪਰਚਾ ਕਟਾਇਆ ਗਿਆ ਪਿੰਡ ਦੇ ਹੀ 4-5 ਬੰਦਿਆਂ 'ਤੇ, ਕਿਹਾ ਗਿਆ ਕਿ ਇੱਕ ਬੰਦਾ ਇਹਨਾਂ 'ਚੋਂ ਇੱਕ ਗੈਂਗਸਟਰ ਦਾ ਸ਼ਾਇਦ ਕੋਈ ਕਹਿ ਲਓ ਕਿ ਨੇੜੂ ਆ ਜੀ, ਜਿਹੜਾ ਕਿ ਕੈਨੇਡਾ 'ਚ ਆ, ਤਾਂ ਉਹਨੇ ਉਹਦੇ ਨਾਲ ਸੰਪਰਕ ਕੀਤਾ ਅਤੇ ਉਹਨੇ ਬੰਦਾ ਮਰਵਾ ਦਿੱਤਾ, ਐਸਾ ਦੋਸ਼ ਹੈ ਕਥਿਤ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਭ ਕੁਛ ਚੱਲ ਰਿਹਾ। ਹੁਣ ਜਦੋਂ ਇਸ ਤਰ੍ਹਾਂ ਦੀ ਸੂਰਤ ਹਾਲ ਹੋਵੇ, ਹਾਈ ਕੋਰਟ 'ਚੋਂ ਰਾਹਤ ਨਹੀਂ ਮਿਲੀ ਤਾਂ ਮਾਮਲਾ ਸੁਪਰੀਮ ਕੋਰਟ 'ਚ ਚਲਾ ਗਿਆ ਜੀ। ਸੁਪਰੀਮ ਕੋਰਟ ਦੇ ਜਿਹੜੇ ਕਹਿ ਲਓ ਕਿ CJI ਆ, ਉਹਨਾਂ ਨੇ, ਉਹਨਾਂ ਦਾ ਪਿਛੋਕੜ ਵੀ ਸ਼ਾਇਦ ਪੰਜਾਬ ਦਾ, ਅੰਮ੍ਰਿਤਸਰ ਦਾ ਪਿਛੋਕੜ ਹੈ ਉਹਨਾਂ ਦਾ, ਉਹਨਾਂ ਨੇ ਜਦੋਂ ਨੰਬਰਸ ਦੇਖੇ ਕਿ 13,000 ਚੋਂ 3,000 ਪੰਚਾਇਤਾਂ ਬਿਨਾਂ ਮੁਕਾਬਲੇ, ਇਹ ਕੀ ਆ? ਉਹ ਕਹਿੰਦੇ ਵੀ ਇਹ ਤੇ ਅੰਕੜੇ ਹੈਰਾਨ ਕਰਨ ਵਾਲੇ ਆ ਸਰ, ਇੰਨੀ ਵੀ ਸਹਿਮਤੀ ਨਹੀਂ ਹੈ ਆਪਣੇ, ਇਹ ਤਾਂ ਅਜੀਬ ਅੰਕੜੇ ਨੇ ਬਿਲਕੁਲ। ਠੀਕ ਆ, ਜਿਵੇਂ ਆਪਾਂ ਕਹਿ ਰਹੇ ਕਿ ਜੈਨੂਇਨ ਸਰਵਸੰਮਤੀ ਵੀ ਹੋਈ ਆ, ਇਹ 3,000 ਦੇ 3,000 ਇਹ ਅੰਕੜੇ, ਇਹ ਤੇ ਅਜੀਬ ਲੱਗਦੇ ਆ ਸਾਹਿਬ ਜੀ ਜੀ। ਫਿਰ ਉਹਨਾਂ ਨੇ ਕਿਹਾ, ਰਾਹਤ ਦਿੱਤੀ ਹੈ ਪਟੀਸ਼ਨਰਸ ਨੂੰ ਕਿ ਤੁਸੀਂ ਇਹ ਨਹੀਂ ਹੁਣ ਚੋਣ ਕਮਿਸ਼ਨ ਵਾਲੇ ਕਹਿ ਸਕਦੇ ਕਿ ਜੇ ਤਰੀਕ ਲੰਘ ਗਈ ਆ ਫਲਾਂ, ਹੁਣ ਇਹਨਾਂ ਦੀਆਂ ਪਟੀਸ਼ਨਸ ਜਿਹੜੀਆਂ ਨੇ ਉਹ ਸਵੀਕਾਰ ਕਰਨੀਆਂ ਪੈਣਗੀਆਂ ਜੀ, ਉਹਨਾਂ ਨੂੰ ਮਨਜ਼ੂਰ ਕਰੋ, ਉਹਨਾਂ ਨੂੰ ਦੇਖੋ, ਜਾਂਚ ਪੜਤਾਲ ਕਰੋ। ਪਰ ਗੱਲ ਤੇ ਫਿਰ ਆ ਜਾਂਦੀ ਕਿ ਜਾਂਚ ਪੜਤਾਲ ਕਿਨ ਕਰਨੀ ਆ? ਹੁਣ ਤੁਸੀਂ ਜਾਓਗੇ ਇੰਸਪੈਕਟਰ ਦੇ ਕੋਲ ਜੀ, ਇੰਸਪੈਕਟਰ ਨੇ ਤੁਹਾਡੀ ਗੱਲ ਨਹੀਂ ਸੁਣੀ, ਤੁਸੀਂ ਚਲੇ ਗਏ ਜਾਂ ਤੁਹਾਨੂੰ ਨਜਾਇਜ਼ ਠੋਕਤਾ, ਤੁਸੀਂ ਗਏ DSP ਕੋਲ, DSP
ਵੀ ਤੁਹਾਡੀ ਗੱਲ ਨਹੀਂ ਸੁਣ ਰਿਹਾ, ਤੁਸੀਂ SSP ਕੋਲ ਗਏ, SSP ਵੀ ਉੱਥੇ ਤੁਹਾਨੂੰ ਮਿਲਦਾ ਟਾਈਮ ਨਹੀਂ ਦੇ ਰਿਹਾ, ਤੁਸੀਂ ਚਲੇ ਗਏ DGP ਕੋਲ। DGP ਨੇ ਗੱਲ ਸੁਣ ਲਈ, ਉਹ ਕਹਿੰਦਾ ਆਪਾਂ ਇਨਕੁਆਇਰੀ ਮਾਰ ਕਰ ਦਿੰਦੇ। ਇਨਕੁਆਇਰੀ ਫੇਰ ਭੇਜੀ ਉਹਨੇ SSP ਕੋਲ, SSP ਨੇ ਭੇਜ ਦਿੱਤੀ SPD ਨੂੰ, SPD ਨੇ ਭੇਜ ਦਿੱਤੀ DSPD ਨੂੰ, ਤੇ DSPD ਨੇ ਗਾਹ ਇੱਕ ਡਿਊਟੀ ਲਾਤੀ ASI ਦੀ। ਹੁਣ ASI ਇੰਸਪੈਕਟਰ ਦੇ ਖਿਲਾਫ ਕੀ ਲਿਖੂਗਾ ਦੱਸੋ? ਜਿਨ੍ਹਾਂ ਲੋਕਾਂ ਨੇ ਅੱਖਾਂ ਮੀਟ ਕੇ ਇੱਥੇ ਸਭ ਕੁਛ ਕਰਵਾਇਆ, ਉਹ ਕੀ ਜਾਂਚ ਪੜਤਾਲ ਚੋਂ ਕੱਢ ਕੇ ਦੇ ਦੇਣਗੇ? ਇਹਨਾਂ ਤੋਂ ਨਾ ਗਧੀ ਨਿਕਲਣੀ ਹੈ, ਨਾ ਘੋੜੀ ਨਿਕਲੀ, ਕੁਛ ਨੀ ਨਿਕਲਣਾ, ਨਿਕਲਣਾ ਤੇ ਬਸ ਰੇੜਕਾ ਹੀ ਆ ਜਿੰਨਾ ਮਰਜ਼ੀ। ਮਿੰਟੂ ਜੀ ਇੱਕ ਸਵਾਲ ਛੋਟਾ ਜਿਹਾ, ਇਹਦੇ ਚ ਇੱਕ ਇਹ ਵੀ ਆਉਂਦਾ ਕਿ ਬਾਈ ਚਾਂਸ ਮੰਨ ਲਓ ਕਿਸੇ ਪਟੀਸ਼ਨਰ ਨੇ ਜਿਹੜੇ ਨੇ ਆਪਦੀ ਪਟੀਸ਼ਨ ਪਾਈ ਹੋਈ, ਉਹ ਸਹੀ ਸਾਬਿਤ ਹੋ ਗਿਆ, ਫਿਰ ਉਹਦੇ ਚ ਕੀ ਹੋਊਗਾ ਜੀ? ਦੇਖੋ ਉਹ ਤੇ ਗੱਲ ਆ ਕਿ ਫਿਰ ਚੋਣ ਰੱਦ ਹੋ ਸਕਦੀ ਹੈ ਉਹਦੀ, ਜੇ ਪਟੀਸ਼ਨ ਹੀ ਪ੍ਰਵਾਨ ਹੋ ਗਈ। ਅੱਗੇ ਆ 20 ਪਿੰਡਾਂ ਦਾ ਇਲੈਕਸ਼ਨ ਜਿਹੜਾ ਕੈਂਸਲ ਕੀਤਾ ਹੈ ਨਾ ਸੂਬਾਈ ਚੋਣ ਕਮਿਸ਼ਨ ਨੇ, ਆ ਗਿੱਦੜਵਾਲੇ ਵਾਲਾ, ਬਿਲਕੁਲ ਬਿਲਕੁਲ। ਤੇ ਜੇ ਮੰਨ ਲਓ ਜਾਂਚ ਪੜਤਾਲ ਚ ਇਹ ਚੀਜ਼ਾਂ ਸਹੀ ਪਾਈਆਂ ਜਾਂਦਾ, ਚੋਣ ਰੱਦ ਹੋ ਸਕਦੀ, ਚੋਣ ਕਮਿਸ਼ਨ ਰੱਦ ਕਰ ਸਕਦਾ, ਬਿਲਕੁਲ ਇਹ ਤੇ ਸਾਫ ਹੈ। ਇਹ ਫਿਰ ਕਹਿ ਲਓ ਸਰ, ਪਰ ਉਹਦੀ ਗੁੰਜਾਇਸ਼ ਕਰ ਵੀ ਅਜੇ ਕਿਤੇ ਨਾ ਕਿਤੇ ਟੈਨਸ਼ਨ ਬਣੀ ਬਣਿਆ ਨੂੰ ਤਾਂ ਥੋੜਾ ਜਿਹਾ ਕਹਿ ਲਓ ਕਿ ਚਿੰਤਾ ਝੋਰਾ ਤਾਂ ਹੋ ਹੀ ਸਕਦਾ। ਜੀ ਜੀ ਜੀ, ਅਮੈਰੀਕਨ ਪੇਂਡੂ ਬਾਈ ਜੀ ਕਹਿ ਰਹੇ ਨੇ ਕਿ ਭਾਈ ਜਿਹੜੇ ਸਰਪੰਚ ਬਣੇ ਹੋਏ ਆ ਉਹ ਵੀ ਆਪਦੀ ਜਾਨ ਦਾ ਕਹਿੰਦੇ ਧਿਆਨ ਰੱਖਣ ਭਾਈ, ਇਹ ਵੀ ਆਪਾਂ ਵੇਖ ਰਹੇ ਹਾਂ ਪਿੱਛੇ ਜੇ ਜਾਨ ਜਾਣ ਦਾ ਖਤਰਾ, ਉਹ ਜਿਵੇਂ ਗਰੇਵਾਲ ਨੇ ਗਾਇਆ ਸੀਗਾ ਨਾ, ਬਿਲਕੁਲ ਬਿਲਕੁਲ, ਜਾਨ ਜਾਣ ਦਾ ਖਤਰਾ ਨਹੀਂ, ਕਿਉਂਕਿ ਜਿਹੜੇ ਜਿੱਤ ਗਏ ਨੇ। ਹੁਣ ਇਹੀ ਤੇ ਮੈਂ ਅੱਗੇ ਗੱਲ ਕਹੀ ਸੀਗੀ ਕਿ ਜਿਹੜਾ ਇਸ ਤਰ੍ਹਾਂ ਦਾ ਦਖਲ ਹੁੰਦਾ ਹੈ ਨਾ ਜਦੋਂ ਚੋਣਾਂ ਤੱਕ ਪਹੁੰਚ ਜਾਂਦਾ ਹੈ, ਉਹ ਬੜਾ ਖਤਰਨਾਕ ਬਣ ਜਾਂਦਾ ਹੈ, ਕਿਉਂਕਿ ਜਿੱਤਣ ਵਾਸਤੇ ਵੀ ਕੋਈ ਬੰਦਾ ਸਹਾਇਤਾ ਲੈ ਸਕਦਾ ਉਹਨਾਂ ਦੀ, ਤੇ ਹਾਰਿਆ ਬੰਦਾ ਵੀ ਫਿਰ ਸਹਾਇਤਾ ਲੈ ਸਕਦਾ। ਸਾਡੇ ਪੰਜਾਬੀਆਂ 'ਚ ਇਹੀ ਤੇ ਆਦਤ ਹੈ ਨਾ, ਜਿੱਤਣਾ ਸਾਰੇ ਚਾਹੁੰਦੇ ਆ, ਹਾਰ ਕੋਈ ਪਹੁੰਚਾ ਨਹੀਂ ਸਕਦਾ, ਬਿਲਕੁਲ ਬਿਲਕੁਲ। ਤੇ ਅਸਲੀ ਖਿਡਾਰੀ ਤਾਂ ਉਹੀ ਹੈ ਨਾ ਜੀ ਜਿਹਨੂੰ ਹਾਰ ਪਹੁੰਚਾਉਣੀ ਆ ਗਈ ਸਾ, ਆ ਖੇਡ ਕੇ। ਇਹਦੇ ਤੇ ਸਰਤਾਜ ਦਾ ਗੀਤ ਵੀ ਬਹੁਤ ਅੱਛਾ ਹੈ, ਉਹ ਕੁਛ ਦਾ ਉੱਤੇ ਲਾ ਕੇ ਜਿਹੜਾ ਦਚਿੱਤੀ ਚ ਪੈ ਜਾਏ ਜੀ, ਵਪਾਰੀ ਹੋ ਜੀ ਜੀ ਜੀ, ਬਿਲਕੁਲ ਬਿਲਕੁਲ। ਮਿੰਟ ਜੀ, ਬਲਵਿੰਦਰ ਜੀ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦਾ ਆਪ ਹੈਰਾਨਾ, ਬਿਲਕੁਲ ਜੀ, ਉਹ ਕਹਿੰਦੇ 3000 ਕਹਿੰਦੇ ਸਰਬਸੰਮਤੀਆਂ ਕਿਵੇਂ ਹੋ ਗਈਆਂ ਭਾਈ ਪੰਜਾਬ ਦੇ ਵਿੱਚ, ਲੜੀ ਇੱਕ ਇੱਕ ਪਿੱਛੇ ਜਾਂਦੇ ਇਹ ਜੀ, ਬਿਲਕੁਲ। ਉੱਧਰ ਕਹਿੰਦੇ 3000 ਸਰਬਸੰਮਤੀਆਂ ਹੋ ਗਈਆਂ। ਖੈਰ ਜੀ, ਅਗਲੀ ਖਬਰ ਵੱਲ ਨੂੰ ਆਪਾਂ ਚੱਲ ਗਏ। ਮਿੰਟੂ ਜੀ, ਸਰਪੰਚੀ ਤੋਂ ਕਈ ਬੰਦੇ ਖੁਸ਼ ਵੀ ਬਹੁਤ ਹੋ ਜਾਂਦੇ ਨੇ। ਕੱਲ੍ਹ ਇੱਕ ਖਬਰ ਆ ਰਹੀ ਕੱਲ੍ਹ ਦੀ ਕਿ ਇੱਕ ਸਰਪੰਚ ਸਾਹਿਬ ਨੇ ਮਤਲਬ ਅਖੰਡ ਪਾਠ ਸਾਹਿਬ ਰੱਖਿਆ ਅਤੇ ਪਿੰਡ ਵਾਲਿਆਂ ਨੂੰ ਤੇ ਜਿਹੜਾ ਮਾਣ ਸਨਮਾਨ ਦਿੱਤਾ ਹੀ ਦਿੱਤਾ, ਗ੍ਰੰਥੀ ਸਿੰਘਾਂ ਨੂੰ ਕਹਿੰਦੇ ਸੋਨੇ ਦੀਆਂ ਮੂੰਦੀਆਂ ਦੇ ਕੇ ਉਹਨਾਂ ਨੇ ਮਾਣ ਸਨਮਾਨ ਦਿੱਤਾ। ਨਹੀਂ, ਬੜੀ ਵਧੀਆ ਗੱਲ ਹੈ, ਬੜੀ ਸੋਹਣੀ ਗੱਲ, ਸੋਹਣੀ ਗੱਲ, ਚੰਗੀ ਗੱਲ ਹੈ ਜੀ। ਥੋੜ੍ਹਾ ਸਪਸ਼ਟ ਤੁਸੀਂ ਵੀ ਕਰ ਦਿਓ, ਦੇ ਲਾਗੇ ਪਿੰਡ ਆ ਸ਼ਾਇਦ ਕੋਈ ਬੇਟ ਕਰਕੇ, ਡੱਲਾ ਬੇਟ ਕੇ ਕੁਛ ਇਸ ਤਰ੍ਹਾਂ ਦਾ, ਉੱਥੇ ਜਿਹੜੇ ਉਹ ਸਰਪੰਚ ਸਾਹਿਬ ਬਣੇ ਆ ਉਹਨਾਂ ਨੇ ਸਰਪੰਚੀ ਦੀ ਖੁਸ਼ੀ ਦੇ ਵਿੱਚ ਅਖੰਡ ਪਾਠ ਜਿਹੜਾ ਸੀਗਾ ਉਹ ਰਖਵਾਇਆ ਉੱਥੇ। ਜੀ ਜੀ, ਅਤੇ ਜਿੱਦਣ ਭੋਗ ਪਾਏ ਗਏ ਜਿਹੜੇ ਉਹ ਗ੍ਰੰਥੀ ਸਿੰਘ ਸਨ 5 ਦੇ ਕਰੀਬ ਸ਼ਾਇਦ, ਉਹਨਾਂ ਸਾਰਿਆਂ ਨੂੰ ਸੋਨੇ ਦੀ ਇੱਕ ਇੱਕ ਮੁੰਦਰੀ ਦਿੱਤੀ ਗਈ ਆ। ਅਤੇ ਸਰਪੰਚ ਸਾਹਿਬ ਨੇ ਕਿਹਾ ਕਿ ਯਾਰ ਇਹ ਸਵੇਰੇ ਉੱਠ ਕੇ ਸਾਜਰੇ ਉੱਠ ਕੇ ਅੰਮ੍ਰਿਤ ਵੇਲੇ ਬਈ ਰੋਜ਼ਾਨਾ ਰੁਟੀਨ 'ਚ ਸੇਵਾ ਕਰਦੇ ਆ, ਸਾਡਾ ਯਾਰ ਇੰਨਾ ਕੁ ਤੇ ਫਰਜ਼ ਬਣਦਾ ਹੈ ਨਾ ਕਿ ਅਸੀਂ ਇਹਨਾਂ ਦਾ ਸਨਮਾਨ ਕਰੀਏ। ਬਿਲਕੁਲ ਗੱਲ ਸਹੀ ਆ ਜੀ। ਇੱਥੇ ਕੀ ਆ ਕਿ ਟੂਰਨਾਮੈਂਟ ਰੱਖ ਲੈਂਦੇ ਆ ਤੇ ਉਹ ਫਲਾਣੇ ਨੂੰ ਬੁਲਾ ਲਿਆ, ਫਲਾਣੇ ਦਾ ਸਨਮਾਨ ਕਰੋ ਜੀ, ਕੋਈ ਆ ਗਿਆ
ਬਈ ਬਾਹਰੋਂ ਬੂਹਰੋਂ ਆਇਆ ਚੰਗੀ ਜੈਕਟ ਪਾਈ ਆ ਉਹਨੂੰ ਸਟੇਜ ਤੇ ਲਿਆਂਦਾ ਜਾਵੇ ਜੀ ਉਹਦੇ ਫੁੰਮਣ ਜਿਹਾ ਲਾ ਦਿੰਦੇ ਆ ਕਿ ਚੱਲ ਪਰਚੀ ਕਟਾ ਲਏਗਾ। ਮਤਲਬ ਕਿ ਐਵੇਂ ਹੀ ਮੋਮੈਂਟੋ ਜੇ ਫੜਾਈ ਜਾਂਦੇ ਆ ਬਾਈ।